ਉਦੋਂ ਤੱਕ ਮਫਰੂਰ ਹਾਂ ਜਦ ਤੱਕ ਤੁਹਾਡੇ ਜਾਂ ਗੱਦਾਰ ਮੇਰੇ ਪਾਕ ਵਤਨ ਦੀ ਜ਼ਮੀਨ ਤੋਂ ਮੁੱਕ ਨਹੀਂ ਜਾਂਦੇ। ਹਾਂ ਤੇ ਪਿਆਰਿਓ, ਕੀ ਹਾਲ ਆ ਤੁਹਾਡਾ? ਠੀਕ ਹੋ? ਉਮੀਦ ਆ ਖੈਰੀਅਤ ਨਾਲ ਹੀ ਹੋਵੋਗੇ ਅਤੇ ਹੱਸੀ ਖੁਸ਼ੀ ਜੀ ਰਹੇ ਹੋਵੋਗੇ। ਅੱਜ ਤੁਹਾਡੇ ਨਾਲ ਜਿਹੜੀ ਗੱਲ ਸ਼ੇਅਰ ਕਰਨ ਚੱਲਿਆ ਉਹ ਹੈ ਜੀ ਫਿਲਮ ਇੰਡਸਟਰੀ ਦੇ ਇੱਕ ਇਹੋ ਜਿਹੇ ਕਿੱਸੇ ਦੇ ਬਾਰੇ 'ਚ ਜਿਹਨੇ ਸੁਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਬੰਦਾ ਫਿਲਮ ਇੰਡਸਟਰੀ 'ਚ ਹੋਵੇ, ਉੱਚਾ ਲੰਮਾ ਵੀ ਹੋਵੇ, ਸੋਹਣਾ ਵੀ ਹੋਵੇ ਅਤੇ ਅਣਖੀ ਵੀ ਹੋਵੇ, ਉਹਦਾ ਕਿੱਸਾ ਨਾ ਹੋਵੇ? ਇਹ ਹੋ ਨਹੀਂ ਸਕਦਾ। ਲੇਕਿਨ ਇੱਕ ਇਹੋ ਜਿਹਾ ਨੌਜਵਾਨ ਜਿਹਨੇ ਸਾਰੀ ਜ਼ਿੰਦਗੀ, ਤਕਰੀਬਨ ਨਿਸਫ ਸਦੀ ਉਹਨੇ ਨਾ ਫਿਲਮ ਇੰਡਸਟਰੀ 'ਚ ਕੰਮ ਕੀਤਾ ਅਤੇ ਉਹਨੇ ਆਪਣੇ ਦਾਮਨ ਨੂੰ ਬੜਾ ਸਾਫ਼ ਰੱਖਿਆ, ਨਮਾਜ਼ੀ ਪ੍ਰੇਜ਼ੀ ਬੰਦਾ ਅਤੇ ਲੋਕਾਂ ਦਾ ਖਿਆਲ ਕਰਨ ਵਾਲਾ ਬੰਦਾ ਯੂਸਫ ਖਾਨ, ਜਿਹਨੇ 1950 ਦੇ ਵਿੱਚ ਛੋਟੇ ਮੋਟੇ ਰੋਲ ਤੋਂ ਸ਼ੁਰੂ ਕੀਤਾ ਅਤੇ 1999 ਤੱਕ ਉਹਨੇ ਇੱਕ ਐਸੀ ਹਿਸਟਰੀ ਕਾਇਮ ਕੀਤੀ ਕਿ ਤੁਸੀਂ ਉਹਦੇ ਵਰਗਾ ਹੀਰੋ ਜਿਹੜਾ ਨਾ ਬੜੇ ਸਗੀਰ 'ਚ ਨਹੀਂ ਵੇਖੋਗੇ। ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅਤੇ ਉਸ ਤੋਂ ਪਹਿਲੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈੱਲ ਦਾ ਆਈਕਨ ਵੀ ਦਬਾ ਲਓ ਅਤੇ ਨਾਲ ਹੀ ਕਮੈਂਟ ਵੀ ਕਰਿਆ ਕਰੋ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਆ। ਯੂਸਫ ਖਾਨ ਤੁਹਾਨੂੰ ਕਿਹੋ ਜਿਹਾ ਲੱਗਦਾ ਸੀ ਇਹ ਵੀ ਦੱਸਣਾ। ਹੋਇਆ ਕਿ ਨੂਰਜਾਂ ਪਾਕਿਸਤਾਨ ਦੀ ਬਹੁਤ ਵੱਡੀ ਗੁਲੂਕਾਰਾ ਅਤੇ ਅਦਾਕਾਰਾ, ਉਹਨਾਂ ਨੇ ਬੜਾ ਨਾਂ ਕਮਾਇਆ ਔਰ ਅਦਾਕਾਰੀ ਔਰ ਗੁਲੂਕਾਰੀ 'ਚ ਇਹੋ ਜਿਹੇ ਉਹਨਾਂ ਨੇ ਕੰਮ ਕੀਤੇ ਕਿ ਉਹੋ ਜਿਹਾ ਗੁਲੂਕਾਰ ਜਿਹੜਾ ਨਾ ਮੈਂ ਹੋਰ ਨਹੀਂ ਵੇਖ ਸਕਦਾ ਬਰੇ ਸਗੀਰ 'ਚ। ਇਹ ਕਹਿ ਲਓ ਕਿ ਮੁੱਦਤਾਂ ਬਾਅਦ ਇਹੋ ਜਿਹੀ ਗੁਲੂਕਾਰਾ ਹੋਰ ਪੈਦਾ ਹੋਏਗੀ ਬਰੇ ਸਗੀਰ ਦੇ ਵਿੱਚ। ਬਹੁਤ ਅੱਛਾ ਕੰਮ ਕੀਤਾ, ਬਹੁਤ ਅੱਛੇ ਉਹਨਾਂ ਨੇ ਗਾਣੇ ਗਾਏ ਅਤੇ ਉਹ 70 ਦੀ ਦਹਾਈ 'ਚ ਯੂਸਫ ਖਾਨ ਸਾਹਿਬ ਅਤੇ ਨੂਰਜਾਂ ਦੇ ਬਹੁਤ ਸਾਰਾ ਜ਼ਿਆਦਾ ਕਿੱਸੇ ਨੇ ਇਸ ਤਰ੍ਹਾਂ ਦੇ, ਲੇਕਿਨ ਸੱਚਾਈ ਕੀ ਹੈ ਇਹ ਅੱਲਾ ਜਾਣੇ। ਲੇਕਿਨ ਇਹ ਜਿਹੜਾ ਕਿੱਸਾ ਨਾ, ਇਹ ਵੀ ਅੱਜ ਕੱਲ੍ਹ ਨਗਾਰਖਾਨਿਆਂ ਦੇ ਵਿੱਚ ਗੁਫਤਗੂ ਜਦੋਂ ਵੀ ਕਿਤੇ ਹੋਵੇ ਖਾਨ ਸਾਹਿਬ ਦੀ, ਯੂਸਫ ਖਾਨ ਦੀ, ਅਤੇ ਇਹ ਲਾਜ਼ਮੀ ਵਿੱਚ ਸ਼ੇਅਰ ਕੀਤਾ ਜਾਂਦਾ। ਹੁਣ ਇਹਦੀ ਸੱਚਾਈ ਕਿੰਨੀ ਹੈ ਤੁਸੀਂ ਦੱਸਣੀ ਆ। ਹੋਇਆ ਕੀ ਕਿ ਨੂਰਜਹਾਂ ਅਤੇ ਯੂਸਫ ਖਾਨ ਸਾਹਿਬ ਇਕੱਠੇ ਚਲੇ ਗਏ ਹਜ ਕਰਨ। ਨੂਰਜਹਾਂ ਜਾ ਰਹੀ ਸੀ, ਖਾਨ ਸਾਹਿਬ ਵੀ ਜਾ ਰਹੇ ਸੀ ਅਤੇ ਇਕੱਠੇ ਚਲੇ ਗਏ ਇੱਕੋ ਜਹਾਜ਼ 'ਚ। ਉਹ ਹੁਣ ਜਦੋਂ ਚਲੇ ਗਏ ਤਾਂ ਪਿੱਛੇ ਕੀ ਅਫਵਾਹ ਉੱਡੀ? ਪਿੱਛੇ ਜਦੋਂ ਅਫਵਾਹ ਉੱਡੀ ਉਹ ਸੀਗੀ ਜੀ ਨੂਰਜਹਾਂ ਅਤੇ ਖਾਨ ਸਾਹਿਬ ਨੇ ਵਿਆਹ ਕਰ ਲਿਆ। ਹਲਾ ਪੈ ਗਈ ਜੀ ਪੂਰੀ ਇੰਡਸਟਰੀ ਦੇ ਵਿੱਚ, ਹਰ ਬੰਦੇ ਦੀ ਜ਼ੁਬਾਨ 'ਤੇ ਇੱਕੋ ਹੀ ਗੱਲ ਆ ਕਿ ਨੂਰਜਹਾਂ ਅਤੇ ਖਾਨ ਸਾਹਿਬ ਦਾ ਵਿਆਹ ਹੋ ਗਿਆ। ਹਜ ਖਤਮ ਹੋਇਆ, ਖਾਨ ਸਾਹਿਬ ਅਤੇ ਨੂਰਜਹਾਂ ਸਾਹਿਬ ਵਾਪਸ ਆਏ। ਖਾਨ ਸਾਹਿਬ ਨੇ ਆਉਂਦੇ ਹੀ ਇਸ ਗੱਲ ਦੀ ਤਰਦੀਦ ਕਰ ਦਿੱਤੀ। ਉਹਨਾਂ ਆਖਿਆ ਬਾਈ ਇਹੋ ਜਿਹਾ ਕੋਈ ਕੰਮ ਨਹੀਂ ਹੋਇਆ, ਅਤੇ ਇਹ ਜਿਹੜੇ ਬਿਲਾ ਵਜ੍ਹਾ ਤੁਸੀਂ ਇਹੋ ਜਿਹੀਆਂ ਗੱਲਾਂ ਕਰ ਰਹੇ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਅਤੇ ਕਿਉਂਕਿ ਪੂਰੀ ਇੰਡਸਟਰੀ ਜਿਹੜੀ ਸੀ ਉਹ ਖਾਨ ਸਾਹਿਬ ਕੋਲੋਂ ਡਰਦੀ ਸੀ, ਬੜਾ ਰੋਹਬ ਸੀ ਉਹਨਾਂ ਦਾ, ਦਬਦਬਾ ਸੀਗਾ। ਅਤੇ ਦੂਸਰੀ ਤਰਫ ਸੀ ਨੂਰਜਹਾਂ ਸਾਹਿਬਾ, ਨੂਰਜਹਾਂ ਸਾਹਿਬਾ ਵੀ ਇਸੇ ਤਰ੍ਹਾਂ ਹੀ ਸੀ, ਉਹਨਾਂ ਦੀ ਆਕੜ, ਉਹਨਾਂ ਦਾ ਰੋਹਬ ਪੂਰੀ ਇੰਡਸਟਰੀ ਦੇ ਵਿੱਚ ਚੱਲਦਾ ਸੀ। ਉਹਨਾਂ ਨੇ ਵੀ ਇਹੀ ਗੱਲ ਕੀਤੀ, ਉਸ ਟਾਈਮ 'ਤੇ ਕਿਸੇ ਨੇ ਵੀ ਇਸ ਗੱਲ ਦਾ ਜਵਾਬ ਨਹੀਂ ਦਿੱਤਾ। ਗੱਲ ਹੋ ਗਈ ਠੰਡੀ ਹੋ ਗਈ, ਲੇਕਿਨ ਖਤਮ ਨਹੀਂ ਹੋਈ। ਗੱਲਾਂ ਉਦੋਂ ਹੀ ਹੁੰਦੀਆਂ ਜਦੋਂ ਕੋਈ ਨਾ ਕੋਈ ਗੱਲ ਹੋਵੇ, ਅਤੇ ਅੱਜ ਵੀ ਜੇ ਕਿਤੇ ਤੁਸੀਂ ਨਗਾਰਖਾਨੇ ਚਲੇ ਜਾਓ ਤਾਂ ਉੱਥੇ ਤੁਹਾਨੂੰ ਇਹ ਗੱਲ ਜ਼ਰੂਰ ਸੁਣਨ ਨੂੰ ਮਿਲੇਗੀ ਕਿ ਯੂਸਫ ਖਾਨ ਸਾਹਿਬ ਅਤੇ ਨੂਰਜਹਾਂ ਦਾ ਜਿਹੜਾ ਕਿੱਸਾ ਸੀ ਨਾ ਆਸ਼ਕੀ ਦਾ, ਉਹ ਜ਼ਰੂਰ ਚੱਲਿਆ। ਇਹਨਾਂ ਦਾ ਇੱਕ ਟਾਈਮ ਚੱਲਿਆ ਜਿਹਦੇ 'ਚ ਇਹਨਾਂ ਨੇ ਇੱਕ ਦੂਸਰੇ ਨਾਲ ਆਸ਼ਕੀ ਕੀਤੀ ਹੈ। ਅਤੇ ਇਹਦੀ ਸੱਚਾਈ ਕਿੰਨੀ ਆ ਇਹ ਅੱਲਾ ਜਾਣੇ, ਲੇਕਿਨ ਸਾਡੇ ਕੋਲ ਇਹ ਕਿੱਸਾ ਸੀਗਾ। ਦੋਨੋਂ ਇਸ ਦੁਨੀਆ ਤੋਂ ਜਾ ਚੁੱਕੇ, ਅੱਲਾ ਪਾਕ ਉਹਨਾਂ ਦੀ ਮਗਫਰਤ ਫਰਮਾਏ ਅਤੇ ਉਹਨਾਂ ਦੀਆਂ ਆਖਰਤ ਦੀਆਂ ਮੰਜ਼ਲਾਂ ਆਸਾਨ ਫਰਮਾਏ। ਲੇਕਿਨ ਇਹ ਛੋਟੀ ਜਿਹੀ ਜਾਣਕਾਰੀ ਸੀ ਸਾਡੇ ਕੋਲ, ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰੀਏ ਕਿ ਇਸ ਤਰ੍ਹਾਂ ਹੋਇਆ ਅਤੇ ਕਿਹੋ ਜਿਹੀ ਲੱਗੀ ਤੁਹਾਨੂੰ। ਜੇ ਚੰਗੀ ਲੱਗੀ ਆ ਤਾਂ ਵੀਡੀਓ ਨੂੰ ਵੀ ਲਾਈਕ ਕਰ ਦਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ, ਬੈੱਲ ਦਾ ਆਈਕਨ ਵੀ ਦਬਾ ਦਿਆ ਕਰੋ। ਦੁਆਵਾਂ ਯਾਦ ਰੱਖਣਾ। ਅੱਲਾ ਹਾਫਿਜ਼।